कुछ नौजवान अजिहे हुंदे ने जो अपने मापिया सूबे ते इलाके दा नाम रोशन करन लई जी जान मेहनत करदे ने। अजिहा ही एक नौजवान है सरहदी जिला तरन तारण दे पिंड घुरकविंड दा सुखचैन सिंह। सुखचैन की उम्र महज 16 साल है पर क्रिकेट के खेत्र विच सुखचैन सिंह धुम्मा पा रहा है। पिछले महीने नोएडा च हुई यंग स्टार क्रिकेट लीग विच सुखचैन ने बेस्ट बॉलर का अवार्ड जितया है। सुखचैन सिंह उत्तराखंड वालों खेडिया ते 3 लीग मैचों विचों 9 विकटां प्राप्त कीतियां। हालांकि उत्तराखंड की टीम सैमीफाइनल तक भी नहीं पहुँच सकी पर सुखचैन सिंह की स्विंग करती बॉल ने कई दियां गिल्लियां खिलारियां। तेज गेंदबाज सुखचैन टूरनामेंट के एक मैच विच मैन ऑफ द मैच भी रहा जदों के टूरनामेंट का बेस्ट बॉलर भी घोषित किया गया। ਟ੍ਰੇਨਿੰਗ ਕਿਵੇਂ ਦੀ ਹੁੰਦੀ ਉੱਥੇ ਕੋਚਿਸ ਵਗੈਰਾ ਕਿਵੇਂ ਆ? ਕੋਚਿਸ ਤੇ ਬਹੁਤ ਵਧੀਆ ਵਾ, ਆਲ ਓਵਰ ਇੰਡੀਆ ਦੇ ਕੋਚਿਸ ਆਏ ਹੋਏ ਆ, BCCI ਦੇ ਕੋਚਿਸ ਆ ਤੇ ਨੈਟਸ ਹੁੰਦੇ ਆ, ਮੈਚਸ, ਡ੍ਰਿਲਸ, ਮਾਰਨਿੰਗ ਫਿਟਨੈਸ, ਈਵਨਿੰਗ ਫਿਟਨੈਸ ਸਭ। ਠੀਕ ਹੈ, ਹੁਣ ਗਾਂ ਤੁਸੀਂ ਜਿਹੜੀ ਨਵੀਂ ਤਿਆਰੀ ਕਰ ਰਹੇ ਹੋ ਵਾਸਤੇ ਗਵਰਨਮੈਂਟ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ? ਹਾਂਜੀ, ਗਵਰਨਮੈਂਟ ਨੂੰ ਇੱਕ ਅਪੀਲ ਦਾ, ਹੱਥ ਫੜੇ ਰਹਿਣ ਤੇ ਮੈਂ ਅੱਗੇ ਇੰਡੀਆ ਦਾ ਨਾਮ ਰੋਸ਼ਨ ਕਰ ਸਕਾਂ। ਠੀਕ ਹੈ, ਕਿੱਥੇ ਰਹਿੰਦੇ ਤੁਸੀਂ? ਪਿੰਡ ਘੁਰਕਵਿੰਡ, ਤਹਿਸੀਲ ਪੱਟੀ। ਠੀਕ ਹੈ, ਜਿਹੜਾ ਕ੍ਰਿਕਟ ਟੂਰਨਾਮੈਂਟ ਖੇਡ ਕੇ ਆ, ਕੌਣ ਹੈ ਤੁਹਾਡਾ? ਮੇਰਾ ਬੇਟਾ ਜੀ ਸੁਖਚੈਨ ਸਿੰਘ। ਠੀਕ ਹੈ, ਕਿੱਥੇ ਪੜ੍ਹਦਾ ਹੈ? ਇਹ ਸਹਿਵਾਗ ਇੰਟਰਨੈਸ਼ਨਲ ਸਕੂਲ ਚੱਚਰ, ਹਰਿਆਣੇ 'ਚ। ਠੀਕ ਹੈ, ਕਿੰਨਾ ਟਾਈਮ ਹੋ ਗਿਆ ਟ੍ਰੇਨਿੰਗ ਲੈਂਦੇ? 4 ਸਾਲ ਹੋ ਗਏ ਜੀ। ਠੀਕ ਹੈ, ਹੁਣ ਜਿਹੜਾ YCL ਦਾ ਟੂਰਨਾਮੈਂਟ ਖੇਡਿਆ ਇੱਥੇ, ਇਹਨੂੰ ਬੈਸਟ ਬਾਲਰ ਦਾ ਅਵਾਰਡ ਮਿਲਿਆ, ਕਿੰਨੀ ਖੁਸ਼ੀ ਹੁੰਦੀ ਹੈ? ਬਹੁਤ ਖੁਸ਼ੀ ਆ ਜੀ, ਬੜੀ ਮਾਣ ਵਾਲੀ ਗੱਲ ਮੇਰੇ ਵਾਸਤੇ। ਕੀ ਦੇਖਦੇ ਹੋ ਹੁਣ ਗਾਂ ਦਾ ਭਵਿੱਖ, ਕੀ ਦੇਖਦੇ ਹੋ ਬੱਚੇ ਦਾ? ਗਾਂ ਜੀ ਤਰੱਕੀ ਕਰੇ, ਮਹਾਰਾਜ ਕਿਰਪਾ ਕਰੇ ਅਤੇ ਗਾਂ ਇੰਡੀਆ ਟੀਮ 'ਚ ਖੇਡੇ। ਠੀਕ ਹੈ, ਹੋਰ ਮਿਹਨਤ ਕਰੇ। ਤੁਹਾਡਾ ਕੀ ਸੁਪਨਾ ਹੈ ਕਿ ਬੱਚਾ ਕਿੱਥੋਂ ਤੱਕ ਜਾਵੇ? ਬੱਚਾ ਜੀ ਹਰ ਕਿਸੇ ਦਾ ਸੁਪਨਾ ਹੁੰਦਾ ਜੀ, ਬੱਚਾ ਤਰੱਕੀ ਕਰੇ ਫੁੱਲ, ਹਾਂਜੀ ਇੰਡੀਆ ਟੀਮ ਤੱਕ ਪਹੁੰਚੇ। ਠੀਕ ਹੈ, ਗਾਂ ਖੇਡੇ ਇੰਡੀਆ ਵਾਸਤੇ, ਹੋਰ ਨਾਂ ਰੋਸ਼ਨ ਕਰੇ ਪਿੰਡ ਦਾ, ਇਲਾਕੇ ਦਾ, ਮਾਂ ਪਿਓ ਦਾ। ਠੀਕ, ਹਾਂਜੀ। ਗੌਰਮੈਂਟ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ, ਖਰਚਾ ਜਿੰਨਾ ਆਉਂਦਾ ਤੁਹਾਨੂੰ? ਹਾਂਜੀ, ਗੌਰਮੈਂਟ ਇਹੋ ਅਪੀਲ ਆ ਵੀ ਕੋਈ ਖਿਡਾਰੀ ਰਹੀਆਂ ਸੋਚਣ ਕੁਛ। ਸਾਡੇ ਨੂੰ ਤਰਨ ਤਾਰਨ ਦੇ ਵਿੱਚ, ਡਿਸਟ੍ਰਿਕਟ ਦੇ ਵਿੱਚ ਕ੍ਰਿਕਟ ਐਸੋਸੀਏਸ਼ਨ ਦਾ ਕੋਈ ਪ੍ਰਬੰਧ ਨਹੀਂ ਹੈਗਾ। ਠੀਕ, ਜਿਹੜੇ ਬੱਚਿਆਂ ਨੂੰ ਟਰਾਇਲ ਦੇਣੇ ਪੈਂਦੇ ਉਹ ਅੰਮ੍ਰਿਤਸਰ ਦੇਣੇ ਪੈਂਦੇ ਆ। ਤਾਂ ਇਹੋ ਤਾਂ ਪੰਜਾਬ ਦੇ ਵਿੱਚ ਇੱਕੋ ਇਕੱਲੀ ਡਿਸਟ੍ਰਿਕਟ ਆ ਜਿੱਥੇ ਤਰਨ ਤਾਰਨ ਆ, ਵੀ ਜਿੱਥੇ ਕੋਈ ਕ੍ਰਿਕਟ ਦਾ ਹੈ ਹੀ ਨਹੀਂਗਾ, ਅਤੇ ਕੋਈ ਪ੍ਰਬੰਧ ਨਹੀਂ ਹੈਗਾ। ਗਾਂਧੀ ਗਰਾਊਂਡ 'ਚ ਕਿਸੇ ਨੂੰ ਪਤਾ ਲੱਗਦਾ, ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਟਰਾਇਲ ਹੈ ਕੀ ਆ ਕਿ ਨਹੀਂ ਹੈ। ਹਾਂਜੀ, ਇਹ ਮੁਸ਼ਕਲ ਆਉਂਦੀ ਬੱਚਿਆਂ ਨੂੰ, ਆਉਣ ਵਾਲੀ ਪੀੜ੍ਹੀ ਵਾਸਤੇ, ਸੋਚੇ ਸਰਕਾਰ 'ਤੇ। ਹਾਂਜੀ, ਉੱਤਰਾਖੰਡ ਵੱਲੋਂ ਇਸ ਵਾਰ ਖੇਡਿਆ ਸੀ ਸੁਖਚੈਨ, ਕੀ ਤੁਸੀਂ ਚਾਹੁੰਦੇ ਹੋ ਪੰਜਾਬ ਵੱਲੋਂ ਵੀ ਸੁਖਚੈਨ ਖੇਡੇ? ਜੀ ਬਿਲਕੁਲ ਬਿਲਕੁਲ। ਥੈਂਕ ਯੂ।